ਮਾਜੀ ਕਰੇ ਕੀ ਕਿਰੇ ਪਾਏ ਨਾ ਤੂੰ ਦਰਬਾਰਾਂ ਤੋਂ ਲਿਆ ਕੇ ਪਾਏ ਇੱਥੇ ਕੋਈ ਬੱਤੀ ਵੀ ਨਹੀਂ ਗਈ ਤੇ ਕਿਸ ਤਰ੍ਹਾਂ ਰਹਿੰਦੇ ਹੋ ਮਾਲਕ ਦੀ ਮੌਜ ਪਹਿਲ ਵੀ ਮਾਲਕ ਦੀ ਤੇ ਅਖੀਰ ਵੀ ਮਾਲਕ ਦੀ ਇਹ ਜਿਹੜੀ ਖਵਾਤੀਨ ਪੈਂਟਾ ਸ਼ਲਟਾ ਪਾ ਕੇ ਜਾਂਦੀਆਂ ਹੈ ਪਾਣ ਪੀਏ ਸਾਨੂੰ ਕੀ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਤੈਨੂੰ ਤੇ ਵਾਲ ਕਟਵਾਣੇ ਜਾਇਜ਼ ਨਹੀਂ ਕਿ ਮੰਤਾ ਮੁਰਾਦਾ ਪੂਰੀਆਂ ਕਰਦੇ ਹੋ ਲੋਕਾਂ ਦੀਆਂ ਦੁਆਵਾਂ ਅਸੀਂ ਦੁਆ ਮੰਗਨੇ ਆ ਤੇ ਮਾਲਕ ਪੂਰੀ ਕਰਦਾ ਹੈ ਬਸ ਇਧਰ ਅਲਮ ਵੀ ਲਗੇ ਹੋਏ ਆ ਦੋ ਇਧਰ ਵੀ ਤੁਸੀਂ ਛੋਟਾ ਅਲਮ ਰੱਖਿਆ ਬਾਸ ਅਲਮਦਾਰ ਦਾ ਇਸ਼ਕ ਹੀ ਗਿਆ ਉਹਨਾਂ ਨਾਲ ਮੈਨੂੰ ਇਹ ਦੱਸੋ ਕਿੰਨੀ ਉਮਰ ਹੋ ਗਈ ਤੁਹਾਡੀ ਹੋ ਗਈ ਹੋਵੇਗੀ ਕੁਛ 90 ਸਾਲ 80 90 ਸਾਲ ਤੇ ਕਿਸ ਤਰ੍ਹਾਂ ਤੁਸੀਂ ਸਰਵਾਈਵ ਮਤਲਬ ਜਿੰਦੇ ਕਿਸ ਤਰ੍ਹਾਂ ਬਸ ਮਾਲਕ ਜ਼ਿੰਦਾ ਰੱਖਦਾ ਪਿਆ ਅੱਜ ਕੱਲ ਦੇ ਦੌਰ ਚ ਤੇ ਪੈਸੇ ਤੋਂ ਬਗੈਰ ਤੇ ਨਹੀਂ ਜ਼ਿੰਦਗੀ ਗੁਜ਼ਾਰੀ ਜਾਂਦੀ ਨਹੀਂ ਦੱਸਿਆ ਮੈਂ ਕੁੜੀ ਨੂੰ ਮੈਂ ਕਿਹਾ ਆਂਦਾ ਹੈ ਕੋਈ ਨਾ ਕੋਈ ਲੰਗਰ ਦੇ ਜਾਂਦਾ ਚਲੇ ਜਾਂਦਾ ਕਿੰਨਾ ਕ ਲੰਗਰ ਦੇ ਜਾਂਦਾ ਜੋ ਵੀ ਵਿਤ ਵੀ 4 5 ਮਤਲਬ 200 ਆਪਣੀ ਖੁਸ਼ੀ ਨਾਲ ਆਪਣੀ ਖੁਸ਼ੀ ਨਾਲ ਤੇ ਮਾਂ ਜੀ ਕਰੇ ਕੀ ਕਿਰੇ ਪਾਏ ਨਾ ਤੁਸੀਂ ਅਸੀਂ ਕੜੇ ਸੀ ਦਰਬਾਰਾਂ ਤੋਂ ਲਿਆ ਕੇ ਪਾਈ ਨਹੀਂ ਕਿਸ ਚੀਜ਼ ਦਾ ਬਣੇ ਨੇ ਇਹ ਮਿੱਟੀ ਦੇ ਨੇ ਇਹ ਮਿੱਟੀ ਦੇ ਕਰੇ ਨੇ ਉਹ ਜਿਹੜਾ ਦੂਸਰੇ ਹੱਥ ਤੇ ਪਾਇਆ ਐ ਵੀ ਮਿੱਟੀ ਦਾ ਐ ਵੀ ਮਿੱਟੀ ਦਾ ਐ ਲੱਕੜ ਦਾ ਆਏ ਹਾਏ ਹਾਏ ਲੱਕੜ ਦਾ ਐ ਕੜੀ ਕੜੀ ਕਿੱਥੋਂ ਲਈਤੀ ਹੈ ਕੜੀ ਕਿੱਥੋਂ ਲਈਤੀ ਮਾਂ ਜੀ ਕੜੀ ਤੇਰੇ ਵਰਗੇ ਬੱਚੇ ਕੋਲ ਮੰਗੀ ਉਹਨੇ ਦੇ ਦਿੱਤੀ ਦੇਤੀ ਉਹਨੇ ਅੱਛੀ ਲੱਗ ਰਹੀ ਹੈ ਕੜੀ ਤੇ ਮਾਂ ਜੀ ਤੁਸੀਂ ਝੁੱਗੀ 'ਚ ਰਹਿੰਦੇ ਹੋ ਇੱਥੇ ਕੋਈ ਉਹ ਬੱਤੀ ਵੀ ਨਹੀਂ ਗਈ ਤੇ ਕਿਸ ਤਰ੍ਹਾਂ ਰਹਿੰਦੇ ਹੋ ਇਹ ਮਾਲਕ ਦੀ ਮੌਜ ਐਂਡ ਵੀ ਮਾਲਕ ਤੇ ਹੋਣਾ ਅਖੀਰ ਪਹਿਲ ਵੀ ਮਾਲਕ ਦੀ ਤੇ ਅਖੀਰ ਵੀ ਮਾਲਕ ਦੀ ਨਵੀ ਦਿਆਲ ਦੀ ਐਲੀ ਦੀ ਔਲਾਦ ਦੀ ਤੇ ਇਹ ਮਤਲਬ ਗੈਟਅਪ ਤੁਸੀਂ ਬੜੇ ਸਾਦਾ ਜਿਹੇ ਕੱਪੜੇ ਪਾਏ ਨੇ ਹਾਂ ਜੀ ਅਸੀਂ ਰਹਿੰਦੇ ਹਾਂ ਤੁਹਾਡਾ ਦਿਲ ਨਹੀਂ ਕਰਦਾ ਮੈਂ ਨਵੇਂ ਕੱਪੜੇ ਪਾਵਾਂ ਫੈਂਸੀ ਸੂਟ ਪਾਵਾਂ ਅਸੀਂ ਨਹੀਂ ਪਾ ਸਕਦੇ ਔਰ ਇਹ ਵਜ੍ਹਾ ਉਮਰ ਦੀ ਸਾਡੇ ਦਿਲ ਦੀ ਕਿੱਦੀ ਉਹ ਸਾਡੇ ਦਿਲ ਦੀ ਮਰਜ਼ੀ ਤੇ ਇਹ ਜਿਹੜੀ ਖਵਾਤੀਨ ਪੈਂਟਾ ਸ਼ਲਟਾ ਪਾ ਕੇ ਜਾਂਦੀਆਂ ਹੈ ਪਾਣ ਪੀਏ ਸਾਨੂੰ ਕੀ ਇਹਨਾਂ ਨੂੰ ਕੁਝ ਕਹੋਗੇ ਨਹੀਂ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਤੁਸੀਂ ਪੈਂਟਾਂ ਪਾਈਆਂ ਹੀ ਨਹੀਂ ਅਸੀਂ ਕੁਝ ਕਹਿ ਸਕਦੇ ਹਾਂ ਤੁਹਾਨੂੰ ਨਹੀਂ ਨਹੀਂ ਅਸੀਂ ਤੇ ਪਾ ਸਕਦੇ ਹਾਂ ਨਾ ਔਰਤ ਪਾ ਸਕਦੀ ਹੈ ਔਰਤ ਨਹੀਂ ਪਾ ਸਕਦੀ ਨਹੀਂ ਪਾ ਸਕਦੀ ਨਾ ਤੇ ਔਰਤ ਨੂੰ ਤੇ ਵਾਲ ਕਟਵਾਣੇ ਜਾਇਜ਼ ਨਹੀਂ ਵਾਲ ਦਿਖਾਣੇ ਵੀ ਜਾਇਜ਼ ਨਹੀਂ ਹਾਂ ਜਿਸ ਤਰ੍ਹਾਂ ਤੁਸੀਂ ਆਪਣੇ ਵਾਲ ਟੱਕੇ ਨੇ ਇਸ ਤਰ੍ਹਾਂ ਟੱਕਣੇ ਚਾਹੀਦੇ ਨੇ ਬਿਲਕੁਲ ਤੇ ਬਾਜ਼ੂ ਦਿਖਾਣੇ ਜਾਇਜ਼ ਨੇ ਨਹੀਂ ਇਹ ਸਾਡਾ ਸਾਡਾ ਜੁੱਬਾ ਹੈ ਤੇ ਤੁਸੀਂ ਇੱਥੇ ਕੀ ਮੰਤਾ ਮੁਰਾਦਾ ਪੂਰੀਆਂ ਕਰਦੇ ਹੋ ਲੋਕਾਂ ਦੀਆਂ ਦੁਆਵਾਂ ਮਾਲਕ ਕਰਦਾ ਹੈ ਤੁਸੀਂ ਕੀ ਕਰਦੇ ਹੋ ਮਾਲਕ ਤੱਕ ਪਹੁੰਚਾਉਂਦੇ ਹੋ ਅਸੀਂ ਦੁਆ ਮੰਗਨੇ ਆ ਤੇ ਮਾਲਕ ਪੂਰੀ ਕਰਦਾ ਹੈ ਬਸ ਮਤਲਬ ਤੁਸੀਂ ਅੱਗੇ ਮਾਲਕ ਤੱਕ ਪਹੁੰਚਾਉਂਦੇ ਹੋ ਗੱਲ ਤੇ ਅੱਲਾ ਪੂਰੀ ਕਰਦਾ ਹੈ ਅੱਲਾ ਪੂਰੀ ਕਰਦਾ ਹੈ ਤੇ ਝੁੱਗੀ 'ਚ ਤੁਸੀਂ ਕਹਿੰਦੇ ਹੋ ਜੁੱਤੀ ਨਹੀਂ ਲੈ ਕੇ ਜਾਣੀ ਨਹੀਂ ਇੱਥੇ ਪੁੱਤਰ ਅਸੀਂ ਦੀਵੇ ਬਾਲਨੀ ਆ ਤੁਸੀਂ ਆਪ ਹੀ ਨੰਗੇ ਪਾਉਂ ਫਿਰਦੇ ਹੋ ਅਸੀਂ ਇੱਕ ਦਫਾ ਜੇ ਮੇਰੇ ਕਹਿਣ ਤੇ ਤੁਸੀਂ ਮੈਨੂੰ ਆਪਣਾ ਘਰ ਦਿਖਾ ਦਿਓ ਕਿਹੜਾ ਘਰ ਆਪਣਾ ਘਰ ਨਹੀਂ ਤੁਹਾਡਾ ਅਤੇ ਘਰ ਤੇ ਉਹ ਆਵੇਂ ਕਬੈ ਪਿਆ ਤੇ ਉਹ ਦਿਖਾ ਦਿਓ ਨਾ ਮੈਨੂੰ ਨਾਲ ਲੈ ਕੇ ਵੇਖ ਲੈਣਾ ਤੁਸੀਂ ਨਾਲ ਚੱਲੋ ਨਾ ਆਫੀ ਇਹ ਦੇਖੇ ਜੀ ਹਮ ਅਬ ਇਨਕੇ ਸਾਥ ਜਾ ਰਹੇ ਹਨ ਇਨਕੇ ਘਰ ਔਰ ਇਧਰ ਅਲਮ ਵੀ ਲਗੇ ਹੋਏ ਆ ਦੋ ਅਬਾਸ ਅਲਮਦਾਰ ਕੇ ਔਰ ਇਹ ਬਾਹਰ ਇੱਕ ਕੋਈ ਇਹਨਾਂ ਨੇ ਹੱਟ ਸਾ ਬਣਾਇਆ ਹੈ ਮਾਂ ਜੀ ਇਹ ਕੀ ਸ਼ੈ ਹੈ ਅੰਦਰ ਇਹਦੇ ਚ ਦੀਵੇ ਬਾਲਦੇ ਨੇ ਦੀਵੇ ਬਾਲਦੇ ਹੋ ਹਾਂ ਰੋਜ਼ ਬਾਲਦੇ ਹੋ ਜਾਂ ਜੁਮੇਰਾਤ ਰੋਜ਼ ਬਾਲਦੇ ਆ ਕਿੰਨੇ ਦੀਵੇ ਬਾਲਦੇ ਹੋ ਪੈਂਤਨ ਪਾਕ ਦੇ ਨਹੀਂ ਕਿੰਨੇ ਦੀਵੇ ਬਾਲਦੇ 5 6 ਕਿੰਨੇ 8 ਦੀਵੇ 8 ਡੇਲੀ ਹਾਂ ਯਾ ਜੀ 8 ਦੀਵੇ ਯਹਾਂ ਪੇ ਇਹ ਬਾਲ ਇਹ ਜਲਾਤੀ ਹੈ ਇਸਕੋ ਮਾਂ ਜੀ ਜੁੱਤੀ ਲਾਈਆਂ ਅੰਦਰ ਨਹੀਂ ਜੀ ਜੁੱਤੀ ਨਹੀਂ ਲਜਾ ਸਕਦੇ ਤੁਸੀਂ ਉਹਦੀ ਵਜ੍ਹਾ ਅਸੀਂ ਪਾਸ ਤੋਂ ਲੰਗੇ ਤੁਸੀਂ ਜੁੱਤੀ ਕਿਵੇਂ ਅੰਦਰ ਲਜਾ ਸਕਦੇ ਜਿਨਕਾ ਘਰ ਹੈ ਇਹ ਐਲੋ ਜੀ ਮੈਂ ਬੂਟ ਲਾਣ ਲੱਗਿਆ ਆਓ ਆਓ ਬੂਟ ਲਾ ਤੈਨੂੰ ਅੰਦਰ ਲੈ ਕੇ ਜਾਵਾਂ ਚਲੋ ਹਾਂ ਇਹ ਜੀ ਹਮ ਇਨਕੇ ਘਰ ਮੇ ਦਾਖਲ ਹੋ ਗਏ ਹਾਂ ਮਾਜ਼ਰਤ ਮਾਂ ਜੀ ਜੁੱਤੀ ਲੈ ਆਇਆ ਬੱਚੇ ਨੂੰ ਪਤਾ ਨਹੀਂ ਸੀ ਕੋਈ ਗੱਲ ਨਹੀਂ ਕੋਈ ਮਸਲਾ ਤੇ ਨਹੀਂ ਨਾ ਨਹੀਂ ਨਹੀਂ ਕੋਈ ਉਹਨੂੰ ਕੋਈ ਮਸਲਾ ਤੇ ਨਹੀਂ ਹੋਏਗਾ ਰਾਤੀ ਨਹੀਂ ਨਹੀਂ ਮੇਰਾ ਪੱਕੀ ਗੱਲ ਹੈ ਨਾ ਸਾਨੂੰ ਡਰ ਲੱਗ ਰਿਹਾ ਚਲੋ ਬਾਹਰ ਚ ਗਰਮੀ ਇੱਕ ਮਿੰਟ ਮੈਨੂੰ ਬਸ ਦਿਖਾਣ ਦਿਓ ਇਹ ਵੇਖੋ ਇਹ ਵੇਖ ਲਓ ਅੰਦਰ ਵੀ ਤੁਸੀਂ ਛੋਟਾ ਅਲਮ ਰੱਖਿਆ ਬਾਸ ਅਲਮਦਾਰ ਦਾ ਹਾਏ ਹਾਏ ਇਸ਼ਕ ਹੀ ਗਿਆ ਉਹਨਾਂ ਨਾਲ ਜੈਸੀ ਵਫਾ ਉਹਨਾਂ ਨੇ ਕੀਤੀ ਕਿਸੇ ਨੇ ਕੀਤੀ ਹੈ ਇੱਕ ਦਫਾ ਅੰਦਰ ਤੱਕ ਤੇ ਆ ਜਾਓ ਨਾ ਇੱਕ ਦਫਾ ਬਸ ਵਿਜ਼ਿਟ ਕਰਾ ਦਿਓ ਯੇ ਉੱਪਰ ਅਗਰ ਮੇਰਾ ਕੈਮਰਾਮੈਨ ਆਪਕੋ ਦਿਖਾਏ ਇਨਕੀ ਪੂਰੀ ਛੱਤ ਵੀ ਕਾਲਕ ਸੇ ਲਾਲ ਹੋਈ ਵੀ ਹੈ ਕਿਉਂਕਿ ਯਹਾਂ ਪਰ ਜਬ ਖਾਣਾ ਬਣਾਤੀ ਹੈ ਤੋ ਵੋ ਆਗ ਲਾਲ ਹੋ ਜਾਤੀ ਤੁਸੀਂ ਰੋਟੀ ਖਾਂਦੇ ਹੋ ਡੇਲੀ ਹਾਂ ਕਿੰਨੀ ਖਾ ਲੈਣੇ 8 9 ਰੋਟੀ 8 9 ਰੋਟੀਆਂ
वाह जी, मजाक भी करते रहे, मखौल भी करते रहे, ते असी सुनया तानू इंग्लिश भी आंदी है? नहीं नहीं आंदी है, थोड़ी इंग्लिश भी सुना दियो। नाज़रीन ये इनका अंदर घर था, बिल्कुल अंधेरा था, ते अंदर उन्हें मैं जाना, अंदर उन्हें जाना, गेट ना गेट लॉस्ट यार। जी ये वहाँ जी थी इनकी, हमने आपको प्रॉपर सारी जो अंदर सूरत हाल थी वो दिखाई है। यहाँ पर ये दीवे बालती हैं, ये इनका घर है, और अंदर ये खुद ही नहीं जा रही कि जी गर्मी है, और 35 साल ये कहती हैं इन्होंने चिल्ला काटा है। और अली हैदर, अली हैदर, तो कमेंट सेक्शन में मुझे आप बताएं कि जो लोग इधर आते हैं, इनसे अपनी मन्नतें मुरादें पूरी करवाते हैं, उनका क्या कहना है इस बारे में, और क्या वो लोग सही करते हैं, क्या वो गलत करते हैं, क्या वो जाहिल लोग हैं, ये आपने मुझे बताना है। साइड पे इसलिए हो रहा हूँ कि माँ जी को ये सुन के भड़क ना जाएं, इस वीडियो को ज़्यादा से ज़्यादा शेयर करें ताकि हम इन लोगों से बच सकें। और अंदर जाके मुझे डर लग रहा था कि यार कुछ हो ना जाए या माँ जी कुछ ना कर दें, जिस तरह की वो गुफ्तगू कर रही थी, जिस तरह का उनका गेटअप था। मुझे दे इजाज़त, अल्लाह हाफिज़।